ਦੋਸਤੋ ਸਤਿ ਸ਼੍ਰੀ ਅਕਾਲ ਜੀ। ਜਿਹੜੀ ਅੱਜ ਦੀ ਵੀਡੀਓ ਹੈਗੀ ਆ ਡਾਕਟਰ ਰਾਓ ਦੇ ਉੱਪਰ ਹੈਗੀ ਆ। ਉਹਨਾਂ ਨੇ ਜਿਹੜੀ ਵੀਡੀਓ ਪਾਈ ਸੀਗੀ, ਮਗਰ ਲੋਕਾਂ ਨੇ ਦੇਖੋ ਮੈਂ ਕਮੈਂਟ ਦੇ ਵਿੱਚ ਦੇਖਿਆ ਸੀਗਾ, ਕਾਫੀ ਮਤਲਬ ਉਹਨਾਂ ਨੂੰ ਕਾਫੀ ਕੁਛ ਕਿਹਾ ਅਤੇ ਨੀਚੇ ਗਾਲਾਂ ਲਿਖੀਆਂ ਹੋਈਆਂ ਇਹਨਾਂ ਨੇ ਕਮੈਂਟ ਦੇ ਵਿੱਚ। ਕਾਫੀ ਗੰਦੀ ਗੰਦੀ ਚੀਜ਼ਾਂ ਨੇ ਜਿਹੜੀ ਕਿ ਇੱਥੇ ਦੱਸੀ ਨਹੀਂ ਜਾ ਸਕਦੀ। ਅਤੇ ਮੈਂ ਉਹਨਾਂ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ, ਜਿਹੜੇ ਆਹ ਲੋਕ ਹੈਗੇ ਨੇ ਉਹ ਸਾਰੇ ਲੋਕ ਨਹੀਂ ਹੈਗੇ ਜਿਹੜੇ ਪੰਜਾਬ ਦਾ ਭਲਾ ਚਾਹੁੰਦੇ ਨੇ, ਉਹ ਲੋਕਾਂ ਦੇ ਕਮੈਂਟ ਨਹੀਂ ਹੈਗੇ ਨੇ ਜਿਹੜੇ ਪੰਜਾਬ ਦਾ ਮਾੜਾ ਚਾਹੁੰਦੇ ਨੇ, ਉਹਨਾਂ ਦੇ ਕਮੈਂਟ ਹੈਗੇ ਨੇ। ਉਹਨੂੰ ਇੰਨਾ ਕੁਛ ਕਹਿ ਰਹੇ ਨੇ ਉਸ ਬੰਦੇ ਨੂੰ ਜਿਹੜਾ ਬੰਦਾ ਕਿ ਇੰਨਾ ਚੰਗਾ ਸੋਚ ਰਿਹਾ ਪੰਜਾਬ ਬਾਰੇ, ਠੀਕ ਹੈ ਜੀ। ਅਤੇ ਲੋਕਾਂ ਦੇ ਜਿਹੜੇ ਕਮੈਂਟ ਹੈਗੇ ਨੇ, ਉਹਨੂੰ ਕੋਈ ਭਈਆ ਕਹਿ ਰਿਹਾ, ਕੋਈ ਬਿਹਾਰੀ ਕਹਿ ਰਿਹਾ, ਕੋਈ ਕੁਛ ਕਹਿ ਰਿਹਾ, ਕੋਈ ਚੌਲ ਵਗੈਰਾ ਪਤਾ ਨਹੀਂ ਕੀ ਕੁਛ ਕਹਿ ਰਹੇ ਨੇ ਉਹਨੂੰ, ਠੀਕ ਹੈ ਜੀ। ਹੁਣ ਜੇ ਤੁਸੀਂ ਉਹਨੂੰ ਚੌਲ ਬਿਹਾਰੀ ਤਾਂ ਕਹਿ ਰਹੇ ਹੋ ਕਿ ਉਹ ਬਿਹਾਰ ਤੋਂ ਹੈਗਾ, ਅਤੇ ਮੈਂ ਤੁਹਾਨੂੰ ਇਹ ਦੱਸਦਾ ਕਿ ਬਿਹਾਰ ਤੋਂ ਵੀ ਨਹੀਂ ਹੈਗਾ, ਨਾ ਯੂਪੀ ਤੋਂ ਹੈਗਾ, ਉਹ ਕਰਨਾਟਕਾ ਤੋਂ ਹੈਗਾ। ਨਾਲੇ ਤੁਹਾਡੇ ਨਾਲੋਂ ਵੱਧ ਪੜ੍ਹਿਆ ਲਿਖਿਆ ਹੈਗਾ, ਕਿਉਂਕਿ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਹੈਗੀ ਨਾ ਉੱਥੇ ਸ਼ੋਅ ਹੋ ਜਾ ਰਹੀ ਹੈ ਕਿ ਮਤਲਬ ਤੁਸੀਂ ਕਿੱਦਾਂ ਦੀ ਕੁਆਲੀਫਾਈ ਨੂੰ ਬਿਲੋਂਗ ਕਰਦੇ ਹੋ, ਕਿੱਦਾਂ ਦੀ ਕੁਆਲੀਫਿਕੇਸ਼ਨ ਨੂੰ ਤੁਹਾਡੀ ਤੁਸੀਂ ਜਿਹੜੇ ਹੈਗੇ ਬਿਲੋਂਗ ਕਰਦੇ ਪਏ ਹੋ, ਠੀਕ ਹੈ। ਜੇ ਤੁਸੀਂ ਉਹਨੂੰ ਭਈਆ ਚੌਲ ਬਿਹਾਰੀ ਤਾਂ ਕਹਿ ਰਹੇ ਹੋ, ਠੀਕ ਹੈ, ਕਿ ਉਹ ਜੇ ਪੰਜਾਬ ਨੂੰ ਚੰਗੀ ਸੇਧ ਦੇ ਰਿਹਾ ਜਾਂ ਪੰਜਾਬ ਨੂੰ ਬਚਾਉਣ ਲਈ ਉਹਨੇ ਇੱਕ ਆਪਣਾ ਲਕਸ਼ ਰੱਖਿਆ ਹੋਇਆ, ਫਿਰ ਲੱਖ ਲਾਣਤਾਂ ਨੇ ਤੁਹਾਡੇ 'ਤੇ, ਠੀਕ ਹੈ ਜੀ। ਕਹਿਣ ਦਾ ਮਤਲਬ ਤੁਸੀਂ ਆਪ ਤਾਂ ਬਚਾਉਣਾ ਹੈ ਨਹੀਂ ਗਾ, ਕਿਉਂਕਿ ਜੇ ਤੁਸੀਂ ਉਹੋ ਜਿਹੀ ਸੋਚ ਰੱਖਦੇ ਹੋ ਨਾ ਤੁਸੀਂ ਪੰਜਾਬ ਨੂੰ ਨਹੀਂ ਬਚਾ ਸਕਦੇ। ਕੁਛ ਲੋਕ ਜਿਹੜੇ ਇੰਨੇ ਕਿ ਝੁਟਕੇ ਪਰ ਜਿਹੜੇ ਲੋਕ ਹੈਗੇ ਨੇ ਉਹਨਾਂ ਦੀ ਗੱਲ ਕਰ ਰਹੇ ਹਾਂ। ਸੋ ਪਲੀਜ਼ ਜੇ ਤੁਸੀਂ ਆਪ ਪੰਜਾਬ ਨੂੰ ਨਹੀਂ ਬਚਾ ਸਕਦੇ ਨਾ, ਜਿਹੜਾ ਬੰਦਾ ਪੰਜਾਬ ਨੂੰ ਬਚਾਉਣ ਲਈ ਉਪਰਾਲੇ ਕਰਦਾ ਪਿਆ, ਠੀਕ ਹੈ, ਅਤੇ ਉਹਦੇ ਰਾਹ ਦੇ ਵਿੱਚ ਰੋੜਾ ਨਾ ਪਾਓ। ਥੈਂਕ ਯੂ ਸੋ ਮੱਚ।